ਦਾਹ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਰਿਦਮ ਬੋਇਜ਼ ਇੰਟਰਟੇਨਮੈਂਟ ਦੀ ਪੇਸ਼ ਕੀਤੀ ਗਈ ਫਿਲਮ ਭੱਜੋ ਵੀਰੋ ਵੇ ਦਾ ਟ੍ਰੇਲਰ ਕੁਝ ਦਿਨਾਂ ਪਹਿਲੇ ਰਿਲੀਜ਼ ਹੋਇਆ, ਜਿਸ ਵਿੱਚ ਮੁੱਖ ਕਿਰਦਾਰਾਂ ਵਿੱਚ ਨੇ ਅੰਬਰਦੀਪ ਸਿੰਘ ਤੇ ਸਿਮੀ ਚਾਹਲ। ਉਹਨਾਂ ਬੰਦਿਆਂ ਦਾ ਪਤਾ ਲੱਗ ਗਿਆ ਬਾਈ, ਇੰਨਾ ਕਰਕੇ ਸਾਡੇ ਪੈਰਾਂ ਦੇ ਅੰਗੂਠੇ ਵਿੰਗੇ ਹੋਏ। ਇਹ ਤੁਹਾਡੇ ਪਰਿਵਾਰ ਦਾ ਮਾਮਲਾ ਜੀ, ਤੁਸੀਂ ਆਪ ਨਿਬੜੋ। ਬਦਲਾ ਲੈ ਲਈ ਟ੍ਰੇਲਰ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਉਹ ਜਾਣਨ ਦੇ ਲਈ ਅਸੀਂ ਅੱਜ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ, ਅਤੇ ਆਓ ਫਿਰ ਵੇਟ ਕਰ ਦਈਏ ਅਤੇ ਪੁੱਛਦੇ ਹਾਂ ਲੋਕਾਂ ਕੋਲੋਂ ਕਿ ਉਹਨਾਂ ਦਾ ਇਸ ਟ੍ਰੇਲਰ ਦੇ ਬਾਰੇ ਕੀ ਕਹਿਣਾ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਮੈਂ ਡਿਸਟਰਬ ਤਾਂ ਨਹੀਂ ਕੀਤਾ ਤੁਸੀਂ ਉੱਧਰ? ਨਹੀਂ 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 ਕੋਈ ਗੱਲ ਨਹੀਂ ਜੀ। ਹੁਣ ਆਉਣ ਵਾਲੀ ਫਿਲਮ ਹੈ ਕਿ ਰਿਦਮ ਬੋਇਜ਼ ਐਂਟਰਟੇਨਮੈਂਟ ਦੀ ਭੱਜੋ ਵੀਰੋ ਵੇ, ਇਹਦਾ ਬਹੁਤ ਚੜਲ ਸੀ, ਬਹੁਤ ਕਾਮੇਡੀ ਅੱਛੀ ਲੱਗ ਰਹੀ, ਮੈਂ ਦੇਖਾਂਗਾ ਜ਼ਰੂਰ। ਤਾਂ 14 ਦਸੰਬਰ ਲੱਗਦੀ ਹੈ ਨਾ? ਅੱਜ ਮੈਨੂੰ ਇਹਨਾਂ ਯਾਦ ਹੈ ਜੀ। ਤੁਸੀਂ ਦੇਖਿਆ ਟ੍ਰੇਲਰ? ਟ੍ਰੇਲਰ ਨਹੀਂ, ਮੈਂ ਇਹਨਾਂ ਨੂੰ ਫਿਰ ਦਿਖਾਉਣਾ, ਮਤਲਬ ਹੈ ਨਾ ਫਿਲਮਾਂ ਦਾ ਪਤਾ ਲੱਗੇ ਇਹਨਾਂ ਨੂੰ ਬੜੀ ਨੌਲੇਜ। ਇੱਕ ਨਾ ਮੈਨੂੰ ਡਾਇਲੋਗ ਬੜਾ ਯਾਦ ਆਉਂਦਾ ਜੀ, ਮੈਂ ਹਮੇਸ਼ਾ ਆਪਣੇ ਘਰ ਦੇ ਨਾਲ ਬੋਲਦਾ ਹੁੰਦਾ, ਇੱਕ ਵਾਰੀ ਸ਼ੇਅਰ ਕਰਾਂਗਾ। ਉਹ ਕਹਿੰਦੇ ਜੀ ਤੁਹਾਡੇ ਨਾਨਾ ਜੀ ਹੈ, ਕਹਿੰਦੇ ਸੋਰੀ, ਉਹ ਕਹਿੰਦੇ ਤੁਹਾਡੇ ਮਾਮਾ ਜੀ ਕਹਿੰਦੇ ਨਹੀਂ ਸੋਰੀ, ਉਹ ਕਹਿੰਦੇ ਹੋਰ ਕੋਣ ਹੈ ਜੀ, ਕਹਿੰਦੇ ਉਹ ਦਾਦਾ ਜੀ ਕਹਿੰਦੇ ਨਹੀਂ, ਕਹਿੰਦੇ ਸਾਡੇ ਵੱਲੋਂ ਸੋਰੀ ਸੋਰੀ ਸੋਰੀ। ਮੰਨ ਲਓ ਇਹ ਰਿਸ਼ਤਾ ਹੋ ਜਾਂਦਾ ਤਾਂ ਤੁਹਾਡੇ ਦਾਦਾ ਜੀ ਉਹਨਾਂ ਨੂੰ ਕੋਈ ਮੁੰਦਰੀ ਛੱਲਾ? ਨਾ 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 ਨਾ, ਦਾਦਾ ਜੀ ਤਾਂ ਸਾਡੇ ਹੈਗੇ ਨਹੀਂ ਸੁੱਖ ਨਾਲ ਜੀ। ਓ ਸੋਰੀ, ਤੁਹਾਡੇ ਮਾਮਾ ਜੀ ਹੈਗੇ ਨੇ ਕਿ ਉਹ ਵੀ ਸੋਰੀ 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 ਹੈ ਜੀ? ਫੇਰ ਕਾਕਾ ਸਾਡੇ ਵੱਲੋਂ ਵੀ ਸੋਰੀ 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 ਹੈ। ਇਹਦੇ ਵੀ ਛੜਿਆਂ ਦੀ ਗੱਲ ਹੋ ਰਹੀ ਹੈ ਹੈ, ਤੇ ਤਾਂ ਕਰਕੇ ਅੱਛਾ, ਤੇ ਉਹ ਫਿਰ ਜਿਹੜਾ ਦੁੱਖ ਸੀਗਾ ਜਾਂ ਜਿਹੜੀ ਫੀਲਿੰਗ ਸੀਗੀ ਉਹਨੂੰ ਰਿਲੇਟ ਕੀਤਾ ਆਪਣੇ ਨਾਲ? ਨਹੀਂ ਨਹੀਂ ਰਿਲੇਟ ਨਹੀਂ ਕਰਦਾ, ਬਾਕੀ ਖੁਸ਼ੀ ਹੋਈ ਥੋੜਾ ਜਿਹਾ। ਚਲੋ ਹੋ ਜਾਏਗਾ, ਮੈਚ ਤਾਂ ਹਰ ਕਿਸੇ ਦੀ ਹੋਣੀ ਹੈ, ਬਸ ਤੁਸੀਂ ਲੇਟ ਹੁੰਦੀ ਕੋਈ ਛੇਤੀ ਹੁੰਦੀ ਕਿਸੇ ਦੀ। ਵੀਰੇ ਮੈਂ ਗੱਲ ਕਰਨੀ ਸੀ। ਤੂੰ ਵਿਆਹ ਕਰਾਉਣਾ ਕਰਾ ਲਾ ਯਾਰ, ਤੂੰ ਪੜਿਆ ਲਿਖਿਆ ਭਰਾਵਾ ਤੇਰਾ ਹੋ ਜਾਣਾ। ਐਵੇਂ ਬਹੁਤ ਅੱਛਾ ਲੱਗਿਆ ਮੈਨੂੰ, ਬਹੁਤ ਮੂਵੀ ਅੱਛੀ ਲੱਗ ਰਹੀ ਮੈਨੂੰ, ਮੈਂ ਵੇਟ ਕਰ ਰਿਹਾ ਮੂਵੀ ਦੀ। ਬਲਕਿ ਤੁਹਾਡੇ ਵਿਆਹ ਕਰਾਉਣ ਦੇ ਕੀ ਨੋਮਸ ਹੈ? ਦੇਖੋ ਜੀ ਹਾਲੇ ਇਹ ਫੈਮਿਲੀ ਲੱਭੇਗੀ ਜੀ ਹੁਣ ਲੱਗੀ ਉਸਦੀ, ਤਾਂ ਕਰਕੇ ਬਾਕੀ ਬਾਕੀ ਦੇਖੋ ਭਗਵਾਨ ਨੂੰ ਪਤਾ ਹੁੰਦਾ ਜੀ। ਦੇਖਿਆ ਜੀ ਸ਼ਕਲਾਂ ਦੇਖੋ ਇੱਕ ਵਾਰੀ ਇਹਨਾਂ ਦੀਆਂ, ਮੈਨੂੰ ਤਾਂ ਲੱਗਦਾ ਇਹ ਅੰਡਾ ਵੀ ਕੁੱਕੜੀ ਤੋਂ ਪੁੱਛ ਕੇ ਚੱਕਦੇ ਹੋਣਗੇ ਵੀ ਭੈਣ ਜੀ ਜੇ ਤੁਹਾਨੂੰ ਲੋੜ ਨਹੀਂ ਤਾਂ ਅਸੀਂ ਲੈ ਜੀ। ਸਿਮੀ ਚਾਹਲ ਨੂੰ ਦੇਖਣ ਦੀ ਪੂਰੀ ਐਕਸਾਈਟਮੈਂਟ ਹੈਗੀ? ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਉਹਨਾਂ ਨੂੰ ਦੇਖਣ ਜਾਣਾ ਕਿਦੋਂ ਦੇਖਣਾ ਅਸੀਂ? ਦੇਖਿਆ ਜੀ ਬਾਕੀ ਸਾਡੇ ਗੁੱਗੂ ਜੀ ਦੇਖ ਰਹੇ ਹਾਂ ਉਹਨਾਂ ਨੂੰ ਵੀ, ਉਹਨਾਂ ਦੀ ਐਕਟਿੰਗ ਅੱਛੀ ਲੱਗ ਰਹੀ ਹੈ। 14 ਦਸੰਬਰ ਤੁਸੀਂ ਪਹਿਲੇ ਦੱਸਤਾ, ਤੇ ਇਕੱਲੇ ਜਾਓਗੇ ਕਿ ਇਹਨਾਂ ਨੂੰ ਲੈ ਕੇ ਜਾਓਗੇ? ਮੇਰੇ ਸਿਸਟਰ ਜੀ ਐ, ਮੇਰੇ ਜੀਜਾ ਜੀ ਹੈ ਜੀ, ਸਾਰੀ ਫੈਮਿਲੀ ਇਕੱਠੇ ਜਾਵਾਂਗੇ ਜੀ। ਠੀਕ ਹੈ, ਫਿਰ ਜ਼ਰੂਰ ਤੁਹਾਨੂੰ ਮਿਲਾਂਗੇ, ਫਿਰ ਪੁੱਛਾਂਗੇ ਕਿਵੇਂ ਦੀ ਲੱਗੀ। ਹਾਂਜੀ ਫਿਲਮ ਅੱਛੀ ਹੋਏਗੀ ਜੀ, ਬੈਸਟ ਵਿਸ਼ ਮੇਰੇ ਵੱਲੋਂ ਸਭ ਨੂੰ ਸਿਮੀ ਚਾਹਲ ਜੀ ਨੂੰ ਔਰ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਖਾ ਰਹੇ ਸੀਗੇ ਪਰ ਅਸੀਂ ਡਿਸਟਰਬ ਕਰਤਾ? ਕੋਈ ਗੱਲ ਨਹੀਂ ਜੀ, ਫਿਲਮਾਂ ਦੇਖਦੇ ਹੋ ਪੰਜਾਬੀ ਫਿਲਮਾਂ? ਹਾਂਜੀ ਬਹੁਤ। ਅੱਛਾ, ਹੁਣ ਹਾਲ ਹੀ ਦੇ ਵਿੱਚ ਨਾ ਭੱਜੋ ਵੀਰੋ ਵੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਉਹ ਦੇਖਿਆ ਤੁਸੀਂ? ਹਾਂਜੀ ਦੇਖਿਆ ਸੀ, ਬਹੁਤ ਵਧੀਆ ਸੀ, ਸਿਮੀ ਚਹਿਲ ਦੀ ਐਕਟਿੰਗ ਬਹੁਤ ਵਧੀਆ ਸੀ, ਅਤੇ ਉਹਨਾਂ ਦੇ ਜਿਹੜੇ ਸੀਗੇ ਦੂਸਰੇ ਬੁਆਏ ਉਹਨਾਂ ਦੀ ਵੀ ਬਹੁਤ ਐਕਟਿੰਗ ਵਧੀਆ ਸੀਗੀ। ਅਮਰਦੀਪ ਸਿੰਘ ਦੀ ਹਨ? ਉਹ ਪੂਰੇ ਇਹ ਕੌਣ ਨੇ? ਇਹ ਤੈਨੂੰ ਕਿਵੇਂ ਜਾਣਦਾ ਵਾ? ਇਹਨੇ ਕਿਤੇ ਰੰਗ ਵੇਖ ਕੇ ਤਾਂ ਨਹੀਂ ਕਹਿਤਾ? ਓਏ ਰੰਗ ਵੇਖ ਕੇ ਲੋਕਾਂ ਦਾ ਨਾਂ ਰੱਖਣ ਵਾਲਾ ਸ਼ੱਕ ਦੇ ਆਧਾਰ ਤੇ ਮਰਵਾਤਾ ਸੀ, ਕਈ ਵਾਰੀ ਬੰਦੇ ਨੂੰ ਜਾਣ ਜਾਣ ਮਹਿੰਗੀ ਪੈ ਜਾਂਦੀ ਹੈ। ਚੱਲ ਉਹਨੂੰ ਪਹਿਲੇ ਫਿਲਮ 'ਚ ਦੇਖਿਆ ਤੁਸੀਂ? ਕਿਸੇ ਫਿਲਮ 'ਚ? ਹਾਂਜੀ ਦੇਖਿਆ ਸੀਗਾ, ਲੌਂਗ ਲੈਚੀ 'ਚ, ਬਹੁਤ ਜ਼ਿਆਦਾ ਵਧੀਆ ਮੂਵੀ ਸੀ। ਅਤੇ ਉਹਨਾਂ ਤੋਂ ਇਸ ਫਿਲਮ ਤੋਂ ਤੁਹਾਨੂੰ ਟ੍ਰੇਲਰ 'ਚ ਦੇਖ ਕੇ ਕੀ ਐਕਸਪੈਕਟੇਸ਼ਨਸ ਹੈ? ਇਹ ਮੂਵੀ ਅਗਲੀ ਮੂਵੀ ਨਾਲੋਂ ਜ਼ਿਆਦਾ ਵਧੀਆ ਰਹੇਗੀ, ਅਤੇ ਉਹਨਾਂ ਦੀ ਐਕਟਿੰਗ ਬਹੁਤ ਜ਼ਿਆਦਾ ਕੈਮ ਹੈ। ਅਤੇ ਭੱਜੋ ਵੀਰੋ ਵੇ ਤੋਂ ਲੱਗਦਾ ਕਿ ਕੋਈ ਮੈਸੇਜ ਮਿਲੇਗਾ? ਹਾਂਜੀ ਮਿਲੇਗਾ, ਉਹਦੇ ਵਿੱਚ ਵੈਸੇ ਛੜਿਆਂ ਦੀ ਗੱਲ ਕੀਤੀ ਗਈ ਹੈ, ਉਹ ਥੋੜ੍ਹਾ ਜਿਹਾ ਮੈਸੇਜ ਹੈਗਾ ਵਾ। ਹਾਂਜੀ ਅਤੇ ਹੁਣ 14 ਦਸੰਬਰ ਨੂੰ ਰਿਲੀਜ਼ ਹੋ ਰਹੀ, ਜਾਓਗੇ ਦੇਖਣ? ਹਾਂਜੀ ਜ਼ਰੂਰ ਜਾਵਾਂਗੇ। ਲੈ ਜਾਓਗੇ ਕਿ ਸਾਰੇ ਪਰਿਵਾਰ ਨੂੰ ਲੈ ਕੇ ਜਾਓਗੇ? ਨਹੀਂ ਵਿਦ ਫੈਮਿਲੀ ਨਾਲ ਜਾਊਂਗੀ। ਮੈਂ ਤੁਹਾਨੂੰ ਦੇਖ ਰਹੀ ਸੀ ਦੂਰੋਂ ਦੇ, ਮੈਂ ਡਿਸਟਰਬ ਤਾਂ ਨਹੀਂ ਕੀਤਾ? ਨਹੀਂ। ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਬੱਚੇ ਦੇਖਦੇ ਨੇ? ਹਾਂਜੀ ਹਾਂਜੀ ਦੇਖਦੇ ਆ, ਦੇਖ ਵੀ ਜਾਂਦੇ ਹੋ ਨਾਲ ਨਾਲ ਲੈ ਕੇ? ਹਾਂਜੀ ਦੇਖਦੇ ਆ। ਲਾਸਟ ਕਿਹੜੀ ਫਿਲਮ ਸੀ ਬੇਟਾ ਦੇਖੀ? ਆਟੇ ਦੀ ਚਿੜੀ। ਕਿਵੇਂ ਦੀ ਲੱਗੀ? ਵਧੀਆ। ਹੁਣ ਨਾ ਇੱਕ ਫਿਲਮ ਹੈ ਅੰਬਰਦੀਪ ਸਿੰਘ ਤੇ ਸਿਮੀ ਚਾਹਲ ਦੀ ਭੱਜੋ ਵੀਰੋ ਵੇ, ਉਹਦਾ ਟ੍ਰੇਲਰ ਦੇਖਿਆ ਤੁਸੀਂ? ਹਾਂਜੀ ਦੇਖਿਆ। ਟ੍ਰੇਲਰ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ। ਐਕਸਾਈਟਮੈਂਟ ਹੋ ਰਹੀ ਹੈ ਫਿਲਮ ਨੂੰ ਦੇਖਣ ਦੀ? ਹਾਂਜੀ। ਅੰਬਰਦੀਪ ਸਿੰਘ ਨੂੰ ਦੇਖਿਆ ਤੁਸੀਂ, ਉਹਦੇ ਬਾਰੇ ਜਾਣਦੇ ਹੋ? ਇਸ ਤੋਂ ਪਹਿਲੇ ਕਿਸੇ ਫਿਲਮ 'ਚ ਦੇਖਿਆ? ਹਾਂਜੀ ਲੌਂਗ ਲਾਚੀ ਵਿੱਚ ਦੇਖਿਆ ਸੀਗਾ। ਇਹਨਾਂ ਨੂੰ ਬੜੀ ਨੌਲੇਜ ਹੈ ਇਹ ਸਾਰੇ? ਦੇਖਦਾ ਰਹਿੰਦਾ ਨਾ ਮੂਵੀਜ਼, ਵੈਸੇ ਵੀ ਇਹਨੂੰ ਕਾਫੀ ਇੰਟਰਸਟ ਹੈ ਮੂਵੀਜ਼ ਦੇਖਣ ਵਿੱਚ, ਅਤੇ ਐਕਚੁਅਲੀ ਅਸੀਂ ਨਾ ਬਸ ਦਿੱਲੀ ਤੋਂ, ਪਰ ਇੱਥੇ ਆ ਕੇ ਪੰਜਾਬੀ ਬੋਲਣਾ ਸਿੱਖ ਗਿਆ। ਹਾਂ ਮੈਨੂੰ ਲੱਗਦਾ ਜਿਹੜਾ ਸਿਨੇਮਾ ਹੈ ਅੱਜ ਕੱਲ੍ਹ, ਇਹ ਬੱਚਿਆਂ ਨੂੰ ਬਹੁਤ ਜ਼ਿਆਦਾ ਅਵੇਅਰ ਕਰ ਰਹੇ ਸਾਰੀ ਚੀਜ਼ਾਂ ਨੂੰ ਲੈ ਕੇ, ਕਲਚਰ ਨੂੰ ਲੈ ਕੇ, ਪੰਜਾਬੀ ਨੂੰ ਲੈ ਕੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਅਤੇ ਹੁਣ 14 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਤੁਸੀਂ ਫਿਲਮ ਦੇਖਣ ਜਾਓਗੇ? ਮੇਰੇ ਕੋ ਨਹੀਂ ਪਤਾ। ਨਹੀਂ ਨਹੀਂ ਜਾਏਂਗੇ।
ਮੰਨ ਲਓ ਇਹ ਰਿਸ਼ਤਾ ਹੋ ਜਾਂਦਾ ਤਾਂ ਤੁਹਾਡੇ ਦਾਦਾ ਜੀ ਉਹਨਾਂ ਨੂੰ ਕੋਈ ਮੁੰਦਰੀ ਛੱਲਾ ਓ ਸੋਰੀ ਤੁਹਾਡੇ ਪਿਤਾ ਜੀ ਨੂੰ ਕੀ ਪਾਣਾ ਫਿਰ ਉਹ ਵੀ ਨਹੀਂ ਹੈਗੇ ਜੀ ਸੋਰੀ 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 ਮਾਮਾ ਜੀ ਹੈਗੇ ਨੇ ਕਿ ਉਹ ਵੀ ਸੋਰੀ 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 ਹੈ ਜੀ ਫਿਰ ਕਾਕਾ ਸਾਡੇ ਵੱਲੋਂ ਵੀ ਸੋਰੀ 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 ਕਨਸੈਪਟ ਵਧੀਆ ਹੈ ਜੀ ਫਿਲਮ ਦਾ ਬਹੁਤ ਜ਼ਿਆਦਾ ਹੀਰੋ ਵੀ ਸਾਰੇ ਵਧੀਆ ਲਏ ਨੇ ਬਸ ਦੇਖਦੇ ਹਾਂ ਹੁਣ ਕਿੱਦਾਂ ਦੇ ਰਹੂਗੀ ਪਰ ਜਿੱਥੇ ਤੱਕ ਮੈਨੂੰ ਆਈਡੀਆ ਹੈ ਫਿਲਮ ਜ਼ਿਆਦਾ ਸੋਹਣੀ ਚੱਲੂਗੀ ਜੀ ਪੰਜਾਬੀ ਫਿਲਮਾਂ ਹੁੰਦੀਆਂ ਸੀ ਨਾ ਪੁਰਾਣੀਆਂ ਉਹਨਾਂ ਦੇ ਵਿੱਚ ਦਿਖਾਏ ਜਾਂਦੇ ਸੀ ਘੋੜਿਆਂ ਦੇ ਉੱਤੇ ਸੀਨ ਅਤੇ ਗੁੱਗੂ ਗਿੱਲ ਦੇ ਬੜੇ ਇੰਪ੍ਰੈਸਿਵ ਜਿਹੇ ਸੀਨਸ ਹੁੰਦੇ ਸੀਗੇ ਹੁਣ ਇਹ ਦੁਬਾਰਾ ਲੈਜੈਂਡ ਹੈ ਜੀ ਗੁੱਗੂ ਗਿੱਲ ਦੇ ਬਾਰੇ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਉਹ ਤਾਂ ਲੈਜੈਂਡ ਹੈ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਚਲਾ ਰਿਹਾ ਗੁੱਗੂ ਗਿੱਲ ਹੀ ਹੈ ਜੀ ਪਿੰਡ ਚੱਕ 35 ਰਾਜਸਥਾਨ ਇਕੱਲਾ ਬੰਦਾ ਡਰਦਾ ਉਹਨਾਂ ਦਾ ਨਾਂ ਨਹੀਂ ਲੈਂਦਾ ਠੀਕ ਹੈ ਮੈਂ ਕਿ ਗੁੱਗੂ ਗਿੱਲ ਨੂੰ ਦੇਖਣ ਨੂੰ ਲੋਕ ਬਾਹਲੇ ਭਾਦੇ ਆ ਥੀਏਟਰਾਂ 'ਚ ਜੀ ਠੀਕ ਹੈ ਨਾ ਤੁਸੀਂ ਜਿੱਦਾਂ ਮਰਜ਼ੀ ਜਾ ਵੜੋ ਬੱਚੇ ਤੋਂ ਬੱਚਾ ਵੱਡੇ ਤੋਂ ਵੱਡਾ ਬਜ਼ੁਰਗ ਵੀ ਸਾਰੇ ਫੈਨ ਨੇ ਗੁੱਗੂ ਗਿੱਲ ਦੇ ਆਪਾਂ ਸਾਰੇ ਫੈਨ ਨੇ ਉਹਨਾਂ ਦਾ ਟੌਰ ਉਹਨਾਂ ਦੀ ਵੱਖਰੀ ਗੱਲ ਕਰਨ ਦਾ ਅੰਦਾਜ਼ ਡਾਇਲੋਗ ਡਿਲੀਵਰੀ ਉਹਨਾਂ ਦੀ ਜਿੱਦਾਂ ਪਜਾਮਾ ਕੁੜਤਾ ਪਾਉਂਦੇ ਨੇ ਚਾਦਰਾਂ ਪਾਉਂਦੇ ਥੱਲੇ ਵਧੀਆ ਚੀਜ਼ ਨੇ ਮੈਡਮ ਉਹ ਮਤਲਬ ਕਿ ਇੱਕ ਨਾ ਯੂਥ ਨੂੰ ਨਾ ਟ੍ਰੈਂਡ ਦਿੰਦੇ ਆ ਕਿ ਬੇਟਾ ਜਿੰਨਾ ਜੁੰਨਾ ਪਾਣੀ ਛੱਡ ਕੇ ਨਾ ਹੁਣ ਤੁਸੀਂ ਕੁੜਤੇ ਪਜਾਮੇ ਹੀ ਪਾਉਣੇ ਸ਼ੁਰੂ ਕਰ ਦਿਓ ਫਿਰ ਦੁਬਾਰਾ ਜਾਓ ਚਾਦਰਾਂ ਚੁਦਰਾਂ ਹੀ ਲੈਣੀ ਸ਼ੁਰੂ ਕਰ ਦਿਓ ਘੋੜਿਆਂ 'ਤੇ ਆਓ ਆਪਾਂ ਉਹੀ ਬੁਲਟਾਂ ਬਲਟਾਂ 'ਤੇ ਘੁੰਮੀ ਜਾਂਦੇ ਹੋ ਕੋੜਾਂ 'ਤੇ ਆਓ ਉਹੀ ਠੀਕ ਹੈ ਕਿਹਦੇ ਕਰਕੇ ਦੇਖਣ ਜਾਓਗੇ ਗੁੱਗੂ ਗਿੱਲ ਸਿੰਮੀ ਚਾਹਲ ਕਿ ਅੰਬਰਦੀਪ ਸਿੰਘ ਨਹੀਂ ਗੁੱਗੂ ਗਿੱਲ ਕਰਕੇ ਜੀ ਸਿੰਮੀ ਚਾਹਲ ਕੀ ਐਕਸਪੈਕਟੇਸ਼ਨਸ ਹੈ ਉਹਨਾਂ ਕੋਲੋਂ ਕਿਉਂਕਿ ਹਰ ਕਿਰਦਾਰ ਉਹਨਾਂ ਦਾ ਬੜਾ ਵਧੀਆ ਹੁੰਦਾ ਇਹਦੇ ਵਿੱਚ ਦੇਖ ਕੇ ਕੀ ਲੱਗ ਰਿਹਾ ਬਾਕੀ ਚੰਗੀ ਲੱਗਦੀ ਹੈ ਹਾਲ ਹੀ ਵਿੱਚ ਨਾ ਇੱਕ ਟ੍ਰੇਲਰ ਰਿਲੀਜ਼ ਹੋਇਆ ਸੀਗਾ ਅੰਬਰਦੀਪ ਸਿੰਘ ਸਿੰਮੀ ਚਾਹਲ ਦੀ ਆਉਣ ਵਾਲੀ ਫਿਲਮ ਦਾ ਭੱਜੋ ਵੀਰੋ ਵੇ ਉਹ ਦੇਖਿਆ ਤੁਸੀਂ ਯੂਟਿਊਬ 'ਤੇ ਹਾਂ ਹਾਂ ਦੇਖਿਆ ਦੇਖਿਆ ਕੈਸਾ ਲਗਾ ਆਪਕੋ ਹਾਂ ਸਿੰਮੀ ਚਾਹਲ ਬਿਊਟੀਫੁਲ ਹੈ ਛੇ ਤੋ ਮੂਵੀ ਵੀ ਦੇਖੇਂਗੇ ਆਫ ਕੋਰਸ ਅੱਛਾ ਹਾਂ ਸਿੰਮੀ ਚਾਹਲ ਕੀ ਫੈਨ ਫੋਲੋਇੰਗ ਲੱਗ ਰਹੀ ਹੈ ਹਾਂ ਹਾਂ ਇਸ ਬਹੁਤ ਕਿਊਟ ਹੈ ਉਹ ਇਸ ਲਈ ਲੱਗਤੀ ਆਪਕੋ ਬਹੁਤ ਓਏ ਆ ਜਾਓ ਵੇਖੋ ਕੌਣ ਆਇਆ ਆ ਜਾਓ ਆ ਗਈ ਕਾਮੇਡੀ ਅੱਛੀ ਲੱਗਤੀ ਹੈ ਯਾ ਮੈਸੇਜਸ ਅੱਛੇ ਲੱਗਤੇ ਹੈ ਫਿਲਮ ਕੇ ਕਾਮੇਡੀ ਔਰ ਮੈਸੇਜ ਬਹੁਤ ਅੱਛੇ ਹੋਤੇ ਹੈ ਵੈਸੇ ਤੋ ਪੰਜਾਬੀ ਮੂਵੀਜ਼ ਕੇ ਤੋ ਬਹੁਤ ਅੱਛੇ ਹੋਤੇ ਹੈ ਵੈਸੇ ਤੋ ਜ਼ਿਆਦਾਤਰ ਵੈਸੇ ਆਡੀਅੰਸ ਨੂੰ ਕੀ ਅਟਰੈਕਟ ਕਰਦਾ ਹੈ ਕਾਮੇਡੀ ਯਾ ਮੈਸੇਜ ਪੰਜਾਬੀ ਮੂਵੀਜ਼ ਮੇ ਮੈਕਸਿਮਮ ਕਾਮੇਡੀਜ਼ ਕਾਮੇਡੀ ਤੁਹਾਨੂੰ ਕੀ ਸਿੰਮੀ ਚਾਹਲ ਹੈਗੀ ਹੈ ਤਾਂ ਦੇਖੋਗੇ ਯਾ ਹਮ ਜ਼ਰੂਰ ਜਾਏਂਗੇ ਦੇਖਨੇ ਕੇ ਲੀਏ ਮੂਵੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਤੁਹਾਡੀ ਇਹ ਪੂਰੀ ਮੁੱਛਾਂ ਦੱਸ ਰਹੀ ਹੈ ਠੀਕ ਹੋ ਓਕੇ ਥੈਂਕ ਯੂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਦੇਖਦੇ ਹੋ ਪੰਜਾਬੀ ਸਿਨੇਮਾ ਦਾ ਕੀ ਕਹਿਣਾ ਹੈ ਹਾਂਜੀ ਬਿਲਕੁਲ ਜੀ ਅਸੀਂ ਮੋਸਟਲੀ ਪੰਜਾਬੀ ਮੂਵੀਜ਼ ਹੀ ਦੇਖਦੇ ਹਾਂ ਲਾਈਕ ਕਰਦੇ ਹਾਂ ਪੰਜਾਬ ਤੋਂ ਹੀ ਬਿਲੋਂਗ ਕਰਦੇ ਹਾਂ ਅਸੀਂ ਸਾਨੂੰ ਬਹੁਤ ਵਧੀਆ ਲੱਗਦੀ ਹੈ ਪੰਜਾਬੀ ਮੂਵੀਜ਼ ਹਾਲ ਹੀ ਵਿੱਚ ਨਾ ਭੱਜੋ ਵੀਰੋ ਵੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਉਹ ਦੇਖਿਆ ਤੁਸੀਂ ਹਾਂ ਦੇਖਿਆ ਸੀ ਜਦੋਂ ਆਇਆ ਸੀ ਪਹਿਲੇ ਦਿਨ ਹੀ ਦੇਖ ਲਿਆ ਸੀ ਉਹਦੇ 'ਚ ਕੀ ਆ ਕਿ ਸਿੰਮੀ ਚਹਿਲ ਦੀ ਦੇਖ ਲਿਆ ਸੀ ਤੁਸੀਂ ਹਾਂ ਪਹਿਲੇ ਦਿਨ ਹੀ ਦੇਖ ਲਿਆ ਸੀ ਕਿਉਂਕਿ ਉਹਦੇ 'ਚ ਸਿੰਮੀ ਚਹਿਲ ਦੀ ਐਕਟਿੰਗ ਬਹੁਤ ਵਧੀਆ ਅਤੇ ਉਹਦੇ ਨਾਲ ਹੀ ਮੈਂ DAV ਪੜ੍ਹਿਆ DAV 10 'ਚ ਅਤੇ ਮਤਲਬ ਦੇਖਦੇ ਉਹਨੇ ਬਹੁਤ ਸਟਰਗਲ ਕੀਤਾ ਆਪਣੀ ਲਾਈਫ 'ਚ ਅਤੇ ਤਾਂ ਹੀ ਅਸੀਂ ਉਹਨੂੰ ਦੇਖਦੇ ਹਾਂ ਕਿਉਂਕਿ ਮੇਰੇ ਨਾਲ ਪੜ੍ਹੇ ਆ ਮੈਨੂੰ ਬਹੁਤ ਵਧੀਆ ਲੱਗਦੇ ਆ ਹਰ ਮੂਵੀ ਦੇ ਵਿੱਚ ਉਹਨਾਂ ਦਾ ਬਹੁਤ ਵਧੀਆ ਰੋਲ ਹੁੰਦਾ ਜੀ ਦੇਖ ਕੇ ਮਨ ਬੜਾ ਵਧੀਆ ਜਿਹਾ ਹੋ ਜਾਂਦਾ ਮੂਵੀ ਦੇਖ ਕੇ ਜੀ ਟ੍ਰੇਲਰ ਦੇ ਵਿੱਚ ਨਾ ਛੜਿਆਂ ਦੀ ਗੱਲ ਕੀਤੀ ਗਈ ਹੈ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕੀਤਾ ਵਿਆਹ ਵੀ ਹੋ ਗਿਆ ਤੁਹਾਡਾ ਕਿ ਛੜੇ ਹੀ ਹੋ ਨਹੀਂ ਅਜੇ ਤਾਂ ਛੜੇ ਹੀ ਹਾਂ ਜੀ ਮਜ਼ਾ ਆਇਆ ਦੇਖ ਕੇ ਟ੍ਰੇਲਰ ਬਹੁਤ ਵਧੀਆ ਲੱਗਿਆ ਜੀ ਸ਼ਹਿਰੋਂ ਸਰਪੰਚ ਦਾ ਮੁੰਡਾ ਆਇਆ ਉਹਨੇ ਦੱਸਿਆ ਕਹਿਰ ਹੋ ਗਿਆ ਕਹਿ 40-50 ਜਨਾਨੀਆਂ ਨਾਲ ਭਰੀ ਹੋਈ ਬੱਸ ਨਹਿਰ 'ਚ ਡਿੱਗ ਪਈ ਸਾਰੀਆਂ ਰੁੜ ਗਈਆਂ ਇੱਕ ਨਹੀਂ ਬਚੀ ਉਹ ਬੱਸੇ ਤੇਰਾ ਤੱਕ ਨਾ ਰਹੇ ਜਿਆਦਾ ਨੂੰ ਫਿਲਮ ਆ ਰਹੀ ਹੈ ਦੇਖਣ ਜਾਓਗੇ ਹਾਂਜੀ ਜ਼ਰੂਰ ਜਾਵਾਂਗੇ ਜੀ ਤੁਸੀਂ ਤਾਂ ਸਿੰਮੀ ਚਹਿਲ ਕਰਕੇ ਜਾਓਗੇ ਬਿਲਕੁਲ ਬਿਲਕੁਲ ਜਾਵਾਂਗੇ ਪ੍ਰਮੋਸ਼ਨ ਵੀ ਕਰਾਂਗੇ ਉਹਦੀ ਕਨਸੈਪਟ ਬਿਲਡਿੰਗ ਅੱਛੀ ਹੋ ਗਈ ਹੈ ਪੰਜਾਬੀ ਮੂਵੀਜ਼ ਮੇ ਔਰ ਵੈਸੇ ਪੰਜਾਬੀ ਫਿਲਮੇ ਹੋਤੀ ਤਾਂ ਅੱਛੀ ਹੈ ਹੀ ਅੱਛਾ ਪੰਜਾਬੀ ਫਿਲਮੇ ਵੈਸੇ ਜ਼ਿਆਦਾ ਜ਼ਿਆਦਾ ਕਿਸ ਚੀਜ਼ ਕੇ ਲਈ ਅਟਰੈਕਟ ਕਰਤੀ ਹੈ ਦ ਸੋਸ਼ਲ ਮੈਸੇਜਿਸ ਦ ਕਨਸੈਪਟ ਔਰ ਦ ਕਾਮੇਡੀ कॉमेडी इज़ ऑलवेज वन थिंग बट देन अगर हम इस पर्टिकुलर ट्रेलर की बात करूँ तो उसमें जो पुराना जो ओल्ड पंजाब जैसे रहता था वो दिखाया दैट इज़ समथिंग अपीलिंग टू अस एंड लाइकवाइज अगर आप एक्ट्रेस या एक्ट्रेसेस की बात करें तो सिम्मी चहल का जो रोल है वो यूजुअली अच्छा ही होता है तो नो डाउट के देखना बनता है तो नहीं हो ब्यूटीफुल लगती फैन नहीं हूँ बट अगेन मैं मूवी सारी देखता हूँ उनकी बहुत अच्छा इन्होंने बता दिया सिमी चाहल अच्छी लगती है इनको आप सिमी चाहल अंबरदीप सिंह कौन अच्छा लगता है मतलब किसके लिए एक मूवी का जैसे कहते हैं ना इसके लिए देखने जाएंगे वो क्या है इस फिल्म का यूएस सिमी चाहल की मूवीज है तो अच्छी ही होगी बस अच्छा वैसे पंजाबी समझ लेंदे हो प्रॉपरली अच्छा तुसी बोल लेंदे बोलना नहीं आता मैं पंजाबी स्कूल से ही हूँ सिक्स स्कूल से ओके ओके तो तुम थोड़ी बहुत बोलनी आती होगी नहीं नहीं सीख पाई समझ लेती हूँ
ਚਲੋ ਪੰਜਾਬੀ ਫਿਲਮਾਂ ਸੁਣ ਸੁਣ ਕੇ ਤਾਂ ਇੰਜੋਏ ਕਰ ਹੀ ਲੈਂਦੇ ਹੋਗੇ। ਹਾਂਜੀ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਦੇਖਦੇ ਹੋ? ਹਾਂਜੀ ਦੇਖਦੇ ਹਾਂ। ਹਾਂਜੀ ਤੁਸੀਂ ਦੇਖਦੇ ਹੋ? ਬਹੁਤ ਮਜ਼ਾ ਆਉਂਦਾ, ਬਹੁਤ ਮਜ਼ਾ ਆਉਂਦਾ। ਆਂਟੀ ਜ਼ਿਆਦਾ ਚਾਅ ਨਾਲ ਦੇਖਦੇ ਲੱਗਦਾ? ਹਾਂ ਨਹੀਂ ਮੰਮਾ, ਐਕਚੁਅਲੀ ਜਦੋਂ ਵੀ ਕੋਈ ਮੂਵੀਜ਼ ਰਿਲੀਜ਼ ਹੁੰਦੀ ਹੈ ਪੰਜਾਬੀ ਤਾਂ ਅਸੀਂ ਐਵੇਂ ਕਰਦੇ ਹੁਣ, ਸਾਡਾ ਹੁੰਦਾ ਕਿ ਅਸੀਂ ਫਸਟ ਡੇ ਦੇਖ ਲਈਏ। ਹੁਣ ਹਾਲ ਹੀ ਦੇ ਵਿੱਚ ਨਾ ਭੱਜੋ ਵੀਰੋ ਵੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ, ਅੰਬਰਦੀਪ ਸਿੰਘ ਤੇ ਸਿਮੀ ਚਾਹਲ, ਉਹ ਦੇਖਿਆ ਤੁਸੀਂ? ਨਹੀਂ ਉਹ ਨਹੀਂ। ਤੁਸੀਂ ਦੇਖਿਆ ਆਂਟੀ? ਆਏ ਨਹੀਂ ਦੇਖੇ ਨਹੀਂ, ਕਿਹੜੇ ਚੈਨਲ ਤੇ ਆਏਗਾ? ਯੂਟਿਊਬ ਤੇ ਵੀ ਆਉਂਦਾ, ਵੈਸੇ ਵੀ ਟੀਵੀ ਤੇ ਵੀ ਆਉਂਦਾ, ਪਰ ਹੁਣ ਅਸੀਂ ਤੁਹਾਨੂੰ ਦਿਖਾ ਸਕਦੇ, ਦਿਖਾ ਦਈਏ 2 ਮਿੰਟ ਹੈਗੇ? ਠੀਕ ਹੈ ਦਿਖਾਓ। ਮੰਨ ਲਓ ਇਹ ਰਿਸ਼ਤਾ ਹੋ ਜਾਂਦਾ ਤਾਂ ਤੁਹਾਡੇ ਦਾਦਾ ਜੀ ਉਹਨਾਂ ਨੂੰ ਕੋਈ ਮੁੰਦਰੀ ਛੱਲਾ? ਨਾ 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 ਨਾ, ਦਾਦਾ ਜੀ ਤੇ ਸਾਡੇ ਹੈਗੇ ਨਹੀਂ ਸੁੱਖ ਨਾਲ ਜੀ। ਓ ਸੌਰੀ, ਤੁਹਾਡੇ ਪਿਤਾ ਜੀ ਨੂੰ ਕੀ ਪਾਣਾ ਫਿਰ? ਉਹ ਵੀ ਨਹੀਂ ਹੈਗੇ ਜੀ। ਸੌਰੀ 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 ਸੌਰੀ। ਮਾਮਾ ਜੀ ਹੈਗੇ ਨੇ ਕਿ ਉਹ ਵੀ ਸੌਰੀ 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 ਹੈ ਜੀ? ਫੇਰ ਕਾਕਾ ਸਾਡੇ ਵੱਲੋਂ ਵੀ ਸੌਰੀ 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 ਹੈ। ਅੱਛਾ ਲੱਗਿਆ ਸਾਨੂੰ ਪੰਜਾਬੀ ਵਿਰਸਾ ਮੁੜ ਤੋਂ ਜਾਗਰੂਕ ਹੋ ਰਿਹਾ, ਬਹੁਤ ਅੱਛਾ ਲੱਗਿਆ ਸਰ। ਜਦੋਂ ਫਿਲਮਾਂ ਦੇ ਵਿੱਚ ਪੁਰਾਣੇ ਪਿੰਡ ਦੇਖਣ ਨੂੰ ਮਿਲਦੇ ਹੈ, ਘੋੜਿਆਂ ਦੀ ਸਵਾਰੀ ਦੇਖਣ ਨੂੰ ਮਿਲ ਰਹੀ ਹੈ, ਉਹ ਤੁਹਾਨੂੰ ਲੱਗਦਾ ਕਿ ਇਹ ਕਲਚਰ ਦੇ ਬਾਰੇ ਦੱਸਣਾ ਲੋਕਾਂ ਨੂੰ, ਪੁਰਾਣਾ ਪੰਜਾਬ ਦਿਖਾਉਣਾ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਪੰਜਾਬ ਪੁਰਾਣਾ। ਅੱਜ ਕੱਲ੍ਹ ਦੇ ਬੱਚਿਆਂ ਤਾਂ ਪਤਾ ਹੀ ਨਹੀਂ ਹੈ ਪੰਜਾਬੀ ਬਾਰੇ, ਪੰਜਾਬ ਦੇ ਪਿੰਡਾਂ 'ਚ, ਸ਼ਹਿਰਾਂ 'ਚ ਰਹਿ ਰਹੇ ਹੈ ਬੱਚੇ, ਪਤਾ ਨਹੀਂ ਪੰਜਾਬ ਦੇ ਪਿੰਡਾਂ ਦੇ, ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪਿੰਡ ਦਿਖਾਉਣੇ। ਅਤੇ ਸਿਨੇਮਾ ਮੈਨੂੰ ਲੱਗਦਾ ਇੱਕ ਚੰਗਾ ਪੇਸ ਬਣ ਰਿਹਾ ਜਿੱਥੋਂ ਨੌਲੇਜ ਗੇਨ ਹੁੰਦੀ। ਹਾਂ ਨਹੀਂ ਇਹ ਤਾਂ ਹੈ, ਨੌਲੇਜ ਤਾਂ ਗੇਨ ਹੋ ਰਹੀ ਹੈ। ਹੁਣ ਪੁਰਾਣਾ ਕਲਚਰ ਅੱਜ ਕੱਲ੍ਹ ਤਾਂ ਨਹੀਂ ਹੁੰਦਾ ਸਭ ਕੁਛ, ਉਹ ਮੂਵੀਜ਼ ਦੇ ਉਹਨਾਂ ਤੋਂ ਹੀ ਦੇਖਣ ਤੋਂ ਮਿਲ ਰਿਹਾ ਸਾਨੂੰ। ਅਤੇ ਕਾਮੇਡੀ ਦਾ ਟੱਚ ਕਿੰਨਾ ਲੱਗ ਰਿਹਾ ਇਸ ਫਿਲਮ ਦੇ ਵਿੱਚ? ਛੜਿਆਂ ਦੀ ਗੱਲ ਹੋ ਰਹੀ ਹੈ, ਤੁਸੀਂ ਹੱਸ ਰਹੇ ਸੀਗੇ ਉਦੋਂ। ਨਹੀਂ ਕਾਫੀ ਟੱਚ ਵੈਸੇ ਵਧੀਆ ਲੱਗ ਰਹੀ, ਕਾਮੇਡੀ ਵਿੱਚ ਵਧੀਆ ਹੋਊਗੀ, ਨਾਲੇ ਉੱਧਰ ਗੱਗੂ ਗਿੱਲ ਹੈਗਾ ਇਹ ਆਪਣਾ ਕੋਈ ਡਾਕੂ ਵਾਲਾ ਪੁਰਾਣਾ। 14 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਇਹਨਾਂ ਨੂੰ ਲੈ ਕੇ ਜਾਓਗੇ ਤੁਸੀਂ? ਅਸੀਂ ਪਰਿਵਾਰ ਸਮੇਤ ਜਾਵਾਂਗੇ ਜੀ। ਆਂਟੀ ਬਹੁਤ ਐਕਸਾਈਟਿਡ ਹੈ ਪੰਜਾਬੀ ਫਿਲਮਾਂ ਦੇ ਲਈ, ਪਰਿਵਾਰ ਸਮੇਤ ਜਾਵਾਂਗੇ। ਮੰਮਾ ਦਾ ਨਾ ਆਪਰੇਸ਼ਨ ਹੋਣਾ ਸੀ ਲਾਸਟ ਈਅਰ, ਮੰਮਾ ਦਾ ਆਪਰੇਸ਼ਨ ਹੋਣਾ ਸੀ, ਉਦੋਂ ਪਹਿਲਾਂ ਪਤਾ ਨਹੀਂ ਕਿਹੜੀ ਮੂਵੀ ਆਈ ਸੀ ਲਾਹੌਰੀਏ, ਤਾਂ ਮੰਮਾ ਕਹਿੰਦੇ ਕੱਲ੍ਹ ਨੂੰ ਮੇਰਾ ਆਪਰੇਸ਼ਨ ਹੈ ਵੀ, ਤਾਂ ਇਸ ਤੋਂ ਪਹਿਲਾਂ ਪਤਾ ਨਹੀਂ ਹੁਣ ਫਿਰ ਬੈੱਡ 'ਤੇ ਹੋਊਂਗੀ, ਉਦੋਂ ਪਹਿਲਾਂ ਇੱਕ ਮੂਵੀ ਦੇਖ ਲੈਂਦੇ ਹਾਂ। ਅਸੀਂ ਉਮੀਦ ਕਰਦੇ ਹਾਂ ਤੁਸੀਂ ਹਮੇਸ਼ਾ ਠੀਕ ਰਹੋ ਅਤੇ ਫਿਲਮਾਂ ਦੇਖਦੇ ਹੀ ਰਹੋ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ। ਪੰਜਾਬੀ ਫਿਲਮਾਂ ਦੀ ਗੱਲ ਕਰ ਰਹੇ ਸੀ ਤੁਸੀਂ ਇੱਥੇ, ਮੈਂ ਸੁਣਿਆ। ਹਾਂਜੀ ਕਰ ਰਹੇ ਸੀ। ਭੱਜੋ ਵੀਰੋ ਵੇ ਆ ਰਹੀ ਹੈ। ਹਾਂਜੀ ਰੋਲ ਦਿੱਤਾ ਗਿਆ ਸਭ ਨੂੰ, ਜਾਂਚ ਕੇ ਵਧੀਆ ਫਿਲਮ ਅਸੀਂ ਦੇਖਣੀ ਨੇ ਪਰਿਵਾਰ ਨਾਲ ਬਹਿ ਕੇ ਜੀ। ਸਿਮੀ ਚਾਹਲ ਕਿਵੇਂ ਦੀ ਲੱਗ ਰਹੀ ਹੈ, ਕੀ ਐਕਸਪੈਕਟੇਸ਼ਨ? ਬਹੁਤ ਵਧੀਆ ਲੱਗ ਰਹੀ ਹੈ ਜੀ, ਬਹੁਤ ਸੋਹਣੀ ਹੈ ਜੀ, ਬਹੁਤ ਸੋਹਣੀ ਹੈ ਜੀ। ਇਹ ਤਾਂ ਮਤਲਬ ਪੂਰੇ ਫੀਲਿੰਗ ਲੈ ਕੇ ਬੋਲ ਰਹੇ ਹੈ। ਕਿੰਨੀ ਸੋਹਣੀ ਲੱਗਦੀ ਤੁਹਾਨੂੰ, ਫੈਨ ਹੋ ਉਹਦੇ? ਬਹੁਤ ਵੱਡੇ ਫੈਨ ਹੈ ਜੀ। ਕਿਹੜੀ ਕਿਹੜੀ ਫਿਲਮਾਂ ਦੇਖੀਆਂ ਅੱਜ ਤੱਕ? ਚਾਹ ਵੀ ਉਹਦੇ ਨਾਮ ਦੀ ਪੀਂਦਾ ਜੀ। ਗੋਲਕ ਬੁਗਣੀ ਬੈਂਕ ਦੇ ਬਟੂ ਹੈ ਜੀ, ਹੈ ਨਾ ਜੀ, ਹੋਰ ਮੈਨੂੰ ਅਜੇ ਯਾਦ ਨਹੀਂ ਆ ਰਹੀ। ਚਾਹ ਵਾਲੇ ਕੱਪ 'ਤੇ ਵੀ ਉਸਦੀ ਫੋਟੋ ਲਿਖਾ ਰੱਖੀ ਹੈ ਜੀ, ਲਵਾ ਰੱਖੀ ਹੈ। ਅੱਛਾ ਤੁਸੀਂ ਵੇਖਿਆ ਇਹਨਾਂ ਦਾ ਚਾਹ ਵਾਲਾ ਕੱਪ? ਹਾਂਜੀ ਮੈਂ ਦੇਖਿਆ ਜੀ, ਇਹਨਾਂ ਮੈਂ ਗੁਆਂਢੀ ਆਡਾ ਹੀ ਆਡਾ ਗੋਲ ਜਿਹਾ ਹੁੰਦਾ ਜੀ। ਹਾਂ ਗੋਲ ਜਿਹਾ ਕੁੰਡਾ ਜਿਹਾ ਲੱਗਿਆ ਹੁੰਦਾ ਜੀ। ਕੱਪ ਤਾਂ ਗੋਲ ਹੁੰਦਾ, ਮੈਂ ਫੋਟੋ ਦੀ ਗੱਲ ਕਰ ਰਹੀ ਹਾਂ। ਫੋਟੋ ਦੇਖੀ ਆ ਜੀ, ਉਹ ਐਵੇਂ ਕੁਰਸੀ 'ਤੇ ਬੈਠੇ ਐਵੇਂ ਜੀ। ਬੈਠ ਕੇ ਦਿਖਾ ਦਿੱਤੇ ਨਾ ਕੁਰਸੀ ਲਈਏ। ਬਹੁਤ ਵਧੀਆ ਲੱਗਾ, ਫਿਲਮ ਆ ਰਹੀ ਹੈ 14 ਦਸੰਬਰ ਨੂੰ, ਦੇਖਣ ਜਾਓਗੇ ਸਾਰੇ ਇਕੱਠੇ ਜਾਓਗੇ? ਹਾਂ ਇਕੱਠੇ ਜਾਵਾਂਗੇ ਸਾਰੇ ਮਿੱਤਰ ਦੋਸਤੀ। ਪਹਿਲੀ ਵਾਰ ਚੰਡੀਗੜ੍ਹ ਆਏ ਜੀ। ਬਹੁਤਿਆਂ ਨੇ ਇਸ ਫਿਲਮ ਦਾ ਟ੍ਰੇਲਰ ਦੇਖਿਆ ਹੋਇਆ ਸੀ, ਤੇ ਜਿਨ੍ਹਾਂ ਨੇ ਨਹੀਂ ਦੇਖਿਆ ਸੀ ਅਸੀਂ ਉਹਨਾਂ ਨੂੰ ਦਿਖਾ ਦਿੱਤਾ, ਤੇ ਤੁਸੀਂ ਜਾਣ ਚੁੱਕੇ ਹੋ ਕਿ ਉਹਨਾਂ ਦਾ ਇਸ ਟ੍ਰੇਲਰ ਦੇ ਬਾਰੇ ਕੀ ਕਹਿਣਾ ਹੈ, ਤੁਹਾਡਾ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਦਾਹ ਫਿਲਮਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾਹ ਫਿਲਮਸ ਨੂੰ।